ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਮਨਦੀਪ ਜੋਸ਼ ਸਿੰਘ ਇਸ ਵੇਲੇ ਦੀ ਅਹਿਮ ਖਬਰ ਆ ਰਹੀ ਹੈ ਸਿੱਧੂ ਮੂਸੇਵਾਲਾ ਦੇ ਕਾਤਲ ਨਾਲ ਜੁੜੀ ਹੋਈ ਦੱਸਦੀ ਹੈ ਕਿ ਸਿੱਧੂ ਮੂਸੇਵਾਲਾ ਦੇ ਕਾਤਲ ਮਨਪ੍ਰੀ ਮਾਨੂ ਤੇ ਜਗਰੂਪ ਰੂਪਾ ਜਾਨੀ ਕਿ ਜੋ ਕਰੋਲਾ ਮਾਡਿਊਲ ਨੂੰ ਜਿਹੜੇ ਹੈ ਹੈਂਡ ਓਵਰ ਕਰ ਰਹੇ ਸੀ ਕਰੋਲਾ ਮਾਡਿਊਲ ਨੂੰ ਜਿਹੜੇ ਹੈ ਚਲਾ ਰਹੇ ਸੀ ਦੋ ਮਾਡਿਊਲ ਵਰਤੇ ਗਏ ਤੁਹਾਨੂੰ ਦੱਸਿਆ ਸੀ ਕਿ ਇੱਕ ਬਲੈਰੋ ਗੱਡੀ ਦਾ ਮਾਡਿਊਲ ਜਿਸ ਨੂੰ ਪ੍ਰਿਆਵਰਤ ਫੌਜੀ ਜਿਹੜੇ ਹੈ ਅਗਵਾਈ ਕਰ ਰਹੇ ਸੀ ਜਿਸ ਦੀ ਤੇ ਦੂਜੇ ਮਾਡਿਊਲ ਦੀ ਗੱਲ ਕਰੀਏ ਤਾਂ ਕਰੋਲਾ ਦੇ ਵਿੱਚ ਮਨਪ੍ਰੀ ਮਾਨੂ ਤੇ ਜਗਰੂਪ ਜਗਦੀ ਜ ਪਾਸਾਨ ਜੇ ਗਾਲੇ ਕਰੀਏ ਜਗਰੂਪ ਰੂਪਾ ਤੇ ਮਨਪੀ ਮਾਨ ਨੂੰ ਤਾਂ ਮਨਪੀ ਮਾਨ ਨੂੰ ਉਹ ਸੱਚ ਹੈ ਜਿਸ ਨੇ ਸਿੱਧੂ ਮੂਸੇਵਾਲਾ ਦੇ ਏਕੇ ਸੰਤਾਲੀਆਂ ਦਾ ਬ੍ਰਸ਼ਟ ਫਾਇਰ ਕੀਤਾ ਦੱਸ ਦਈਏ ਕਿ ਪੁਲਿਸ ਦੀ ਆਖਰਕਾਰ ਥਿਉਰੀ ਕਿਸ ਪ੍ਰਕਾਰ ਜਿਹੜੀ ਹੈ ਕੰਮ ਕਰਦੀ ਹੈ ਦੱਸ ਦਿਨੇ ਤੁਹਾਨੂੰ ਕਿ ਪੁਲਿਸ ਨੂੰ ਕਾਫੀ ਟਾਈਮ ਤੋਂ ਲੱਗੀ ਹੋਈ ਏ ਇਨਾਰੇ ਪਿੱਛੇ ਕਿਉਂਕਿ ਇੱਕ ਪਾਸੇ ਦਿੱਲੀ ਪੁਲਿਸ ਦਾ ਦਬਾਅ ਸੀ ਦਿੱਲੀ ਪੁਲਿਸ ਜਿਹੜੀ ਹੈ ਲਗਾਤਾਰ ਜਿਹੜੇ ਸ਼ਖਸ ਸੀ ਜਿਹੜੇ ਕ੍ਰਿਮੀਨਲ ਸੀ ਉਹਨਾਂ ਨੂੰ ਪੇਸ਼ ਕਰ ਰਹੀ ਸੀ ਲਗਾਤਾਰ ਇੱਕ ਜਿਹੜੀਆਂ ਕਿਆਸਰਾਈਆਂ ਲੱਗ ਰਹੀਆਂ ਸੀ ਕਿ ਪੰਜਾਬ ਪੁਲਿਸ ਅਕਸਰ ਕਿੱਥੇ ਰਹਿ ਗਈ ਹੈ ਪੰਜਾਬ ਪੁਲਿਸ ਦਾ ਕੰ ਰੁਕਿਆ ਹੋਇਆ ਪੰਜਾਬ ਪੁਲਿਸ ਕਿਉਂ ਨਹੀਂ ਕੁਝ ਕਰ ਰਹੀ ਕਿਉਂਕਿ ਲਗਾਤਾਰ ਪੰਜਾਬ ਪੁਲਿਸ ਦੀ ਕਾਰਵਾਈ ਦੇ ਉੱਤੇ ਜਿਹੜੇ ਆ ਸਵਾਲ ਖੜੇ ਹੋ ਰਹੇ ਸੀ ਪਿਛਲੇ ਦਿਨੀ ਦੇਖਿਆ ਡੀਜੀਪੀ ਵੀਕੇ ਭਾਵਰਾ ਉਹਨਾਂ ਨੇ ਜਿਹੜੇ ਨੇ ਛੁੱਟੀ ਤੇ ਚਲੇ ਜਾਂਦੇ ਨੇ ਡੈਪੂਟੇਸ਼ਨ ਤੇ ਚਲੇ ਜਾਂਦੇ ਨੇ ਤੇ ਉਸ ਤੋਂ ਬਾਅਦ ਜੇ ਗੱਲ ਕਰੀਏ ਤਾਂ ਗੌਰਵ ਯਾਦਵ ਡੀਜੀਪੀ ਆਉਂਦੇ ਨੇ ਤੇ ਪੰਜਾਬ ਪੁਲਿਸ ਦੀ ਜਿਹੜੀ ਹੈ ਕਮਾਨ ਸੰਭਾਲਦੇ ਨੇ ਤੁਹਾਨੂੰ ਦੱਸ ਦਿੰਦੇ ਆ ਕਿ ਲਗਾਤਾਰ ਪੁਲਿਸ ਇਨਵੈਸਟੀਗੇਸ਼ਨ ਚੱਲ ਰਹੀ ਸੀ ਪੁਲਿਸ ਨੂੰ ਪੱਕੀ ਇਨਫੋਰਮੇਸ਼ਨ ਸੀ ਇਸ ਦਿਨ ਦੀ ਜੇ ਗੱਲ ਕਰੀਏ ਅੱਜ ਜੇ ਕੋਈ ਪਲੈਨਿੰਗ ਦੇ ਤਹਿਤ ਜਿਹੜਾ ਪੂਰਾ ਪਲੈਨਿੰਗ ਦੇ ਤ ਇੱਕ ਵੀਡੀਓ ਵਾਇਰਲ ਹੁੰਦਾ ਪਿਛਲੇ ਥੋੜੇ ਦਿਨਾਂ ਦੀ ਗੱਲ ਕਰੀ ਤੇ ਇੱਕ ਵੀਡੀਓ ਵਾਇਰਲ ਹੋਣਾ ਜਿਸ ਵਿੱਚ ਮੋਟਰਸਾਈਕਲ ਤੇ ਇੱਕ ਬਾਈਕ ਤੇ ਜਾ ਰਹੇ ਹੁੰਦੇ ਨੇ ਮਨਪ੍ਰੀ ਮਨੂ ਤੇ ਜਗਰੂਪ ਰੂਪਾ ਉਸ ਤੋਂ ਬਾਅਦ ਇਹ ਗੱਲ ਕਰੀਏ ਤਾਂ ਲਗਾਤਾਰ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸੀ ਕਿ ਹੁਣ ਇਨਵੈਸਟੀਗੇਸ਼ਨ ਤੇਜ ਹੈ ਤੇ ਕਿਤੇ ਨਾ ਕਿਤੇ ਨਤੀਜਾ ਸਾਹਮਣੇ ਕੁਝ ਦਿਨਾਂ ਦੇ ਵਿੱਚ ਆ ਜਾਵੇਗਾ ਦੱਸ ਦਈਏ ਕਿ ਪਿਛੇ ਮੋਗੇ ਦੀ ਗੱਲ ਕਰੀ ਤਾਂ ਮੋਗੇ ਜ਼ਿਲ੍ਹੇ ਤੋਂ ਹੀ ਪਿਛੇ ਸਨ ਪੁਲਿਸ ਵਾਲੇ ਜੇ ਗੱਲ ਕੀ ਦਾ ਪੁਲਿਸ ਦੀ ਟੀਮਾਂ ਏਜੀਟੀਐਫ ਜਿਸ ਨੂੰ ਪ੍ਰਮੋਦ ਬਾਣ ਜਿਹੜਾ ਲੀਡ ਕਰ ਰਿਹਾ ਸੀ ਉਹਨਾਂ ਦੀਆਂ ਟੀਮਾਂ ਜਿਹੜੀਆਂ ਲਗਾਤ ਜੀ ਮੋਗੇ ਅੱਜ ਸਵੇਰ ਤੋਂ ਹੀ ਮੋਗੇ ਜ਼ਿਲ੍ਹੇ ਤੋਂ ਜਿਹੜਾ ਪਿੱਛਾ ਚੱਲ ਰਿਹਾ ਸੀ ਮਨਪੀ ਮਾਨੂੰ ਤੇ ਜਗਰੂਪ ਰੂਪਾ ਜਿਹੜੇ ਆ ਇਹ ਦੋਨੇ ਜਿਹੜੇ ਨੇ ਥਾਰ ਦੇ ਵਿੱਚ ਜਾ ਰਹੇ ਹੁੰਦੇ ਆ ਤਾਂ ਇਸ ਤੋਂ ਬਾਅਦ ਪੱਕੀ ਇਨਫੋਰਮੇਸ਼ਨ ਤਹਿਤ ਪੁਲਿਸ ਨੇ ਇਹਨਾਂ ਦਾ ਪਿੱਛਾ ਕਰਦੀ ਆ ਰੈਕੀ ਕਰਦੀ ਆ ਤੇ ਇਹ ਵੀ ਕਿਉਂਕਿ ਦੇਖਣਾ ਹੁੰਦਾ ਹੈ ਕਿ ਪਬਲਿਕ ਪਲੇਸ ਹੈ ਜਾਂ ਕੋਈ ਵੀ ਹੈ ਜੇ ਤਾਂ ਕਿ ਜਾਨ-ਮਾਲ ਦਾ ਹੋਰ ਨੁਕਸਾਨ ਜਿਹੜਾ ਹੈ ਨਾ ਹੋਵੇ ਤਾਂ ਇਸ ਤੋਂ ਬਾਅਦ ਜੇ ਗੱਲ ਕਰੀਏ ਭਗਨਾ ਪਿੰਡ ਜਿਹੜਾ ਹੈ ਭਗਨਾ ਕਲਾਂ ਜਦੋਂ ਪਹੁੰਚਦੇ ਨੇ ਤਾਂ ਖੇਤਾਵਾਲ ਨੂੰ ਜਿਹੜੀ ਹੈ ਥਾਰ ਪਾ ਲੈਂਦੇ ਨੇ ਆਪਣੀ ਗੱਡੀ ਮਨਪੀ ਮਾਨੂੰ ਤੇ ਜਗਰੂਪ ਰੂਪਾ ਤੇ ਪੁਲਿਸ ਜਿਹੜੇ ਨੇ ਰੈਕੀ ਕਰਦੇ ਆ ਰਹੇ ਨੇ ਉਸ ਤੋਂ ਬਾਅਦ ਇਹ ਜਿਹੜੇ ਮੋਟਰ ਹੁੰਦੀ ਹੈ ਇੱਕ ਘਰ ਹੁੰਦਾ ਜਿਹੜਾ ਖੇਤਾਂ ਦੇ ਵਿੱਚ ਉੱਥੇ ਠਹਿਰਦੇ ਨੇ ਤੇ ਲਾ ਪੁਲਿਸ ਨਾਲ ਮੁਕਾਬਲਾ ਕਰਨ ਦੀ ਬਿਉਂਤਬੰਦੀ ਘੜਦੇ ਨੇ ਤੇ ਪੁਲਿਸ ਲਗਾਤਾਰ ਫਾਇਰਿੰਗ ਕਰਦੇ ਨੇ ਇਹ ਤਾਂ AK47 ਦੇ ਨਾਲ ਕਿਹਾ ਜਾ ਰਿਹਾ ਕਿ ਮਨਪੀ ਮਾਨ ਨੂੰ ਫਾਇਰ ਕਰ ਰਿਹਾ ਸੀ AK47 ਵੀ ਜਿਹੜੀ ਹੈ ਹੁਣ ਬਰਾਮਦ ਹੋਈ ਹੈ ADGP ਪ੍ਰਮੋਦ ਬਾਣ ਜੋ ਕਿ AGTF ਦੇ ਮੁਖੀ ਨੇ ਉਹਨਾਂ ਨੇ ਦੱਸਿਆ ਕਿ ਜਿਹੜੀ ਹੈ ਏਕੇ 47 ਵੀ ਬਰਾਮਦ ਹੋਈ ਹੈ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਸਿੱਧੂ ਮੂਸੇਵਾਲਾ ਦਾ ਕੇਸ ਜਿਹੜਾ ਸਿੱਧੂ ਮੂਸੇਵਾਲਾ ਦੀ ਮੌਤ ਹੋ ਜਾਂਦੀ ਹੈ 29 ਮਈ ਨੂੰ ਤੇ ਅੱਜ 52 ਦਿਨ ਬਾਅਦ ਜਿਹੜਾ ਉਹਨਾਂ ਦੇ ਦੋ ਕਾਤਲ ਜਿਹੜੇ ਰਹਿ ਗਏ ਸੀ ਜਿਨ੍ਹਾਂ ਨੇ ਸਭ ਤੋਂ ਵੱਡਾ ਮੋਡਿਊਲ ਮੰਨਿਆ ਜਾ ਰਿਹਾ ਸੀ ਮਨਪੀ ਮੰਨੂ ਤੇ ਜਗਰੂਪ ਰੂਪਾ ਦਾ ਤੁਹਾਨੂੰ ਦੱਸ ਦਿੰਦੇ ਆ ਮਨਪੀ ਮੰਨੂ ਬਾਰੇ ਮਨਪੀ ਮੰਨੂ ਜੇ ਗੱਲ ਕਰੀ ਤਾਂ ਹਿਸਟਰੀ ਸ਼ੀਟਰ ਨੇ ਖੂੰਖਾਰ ਜਿਹੜਿਆ ਗੈਂਗਸਟਰ ਨੇ 2021 ਤੋਂ ਲੈ ਕੇ ਹੁਣ ਤੱਕ ਜਿਹੜਾ 11 ਕਤਲ ਦੇ ਮਾਮਲਿਆਂ ਦੇ ਵਿੱਚ ਜਗਰੂਪ ਰੂਪਾ ਤੇ ਮਨਪੀ ਮੰਨੂ ਮੋਡਿਊਲ ਦਾ ਜਿਹੜਾ ਨਾਮ ਆਉਂਦਾ ਤੁਹਾਨੂੰ ਦੱਸ ਦਿੰਨੇ ਆ ਕਿ ਮਨਪ੍ਰੀਤ ਮਾਨੂੰ ਉਹ ਸ਼ਖਸ ਨੇ ਜਿਨ੍ਹਾਂ ਨੂੰ 2021 ਦੇ ਵਿੱਚ ਜੇ ਗੱਲ ਕਰੀਏ 2021 ਦੇ ਵਿੱਚ ਅਦਾਲਤ ਦੇ ਵੱਲੋਂ ਬੇਲ ਦਿੱਤੀ ਜਾਂਦੀ ਆ ਪਰ ਉਸ ਤੋਂ ਬਾਅਦ ਬਾਗਾਪੁਰਾਣਾ ਦੇ ਐਸਐਚਓ ਨੂੰ ਜਿਹੜਾ ਇੱਕ ਪੱਤਰ ਭੇਜਿਆ ਜਾਂਦਾ ਕਿ ਇਸ ਨੂੰ ਆਰਮ ਐਕਟ ਦੇ ਤਹਿਤ ਜਿਹੜਾ ਮਨਪ੍ਰੀ ਮਾਨੂੰ ਨੂੰ ਅੰਦਰ ਕਰਿਆ ਜਾਵੇ ਦੁਬਾਰਾ ਵਾਪਸ ਜੇਲ੍ਹ ਦੇ ਵਿੱਚ ਭੇਜਿਆ ਜਾਵੇ ਜੇਲ੍ਹ ਤੋਂ ਬਾਹਰ ਇਸ ਨੂੰ ਨਾਂ ਜਿਹੜਾ ਨਾਂ ਕੱਢਿਆ ਜਾਵੇ ਪਰ ਕਿਸੇ ਜਿਹੜੀ ਹੈ ਕੋਈ ਗਲਤੀ ਹੁੰਦੀ ਹੈ ਤਾਂ ਜੋ ਮਨਪ੍ਰੀ ਮਾਨੂੰ ਵਾਪਸ ਜੇਲ੍ਹ ਨਹੀਂ ਜਾਂਦੇ ਜੇਲ੍ਹ ਨਹੀਂ ਭੇਜਿਆ ਜਾਂਦਾ ਤੇ ਉਸ ਤੋਂ ਬਾਅਦ ਜੇ ਗੱਲ ਕਰੀਏ ਲਗਾਤਾਰ ਬਾਰਦਾਤਾ ਤੇ ਬਾਰਦਾਤਾ ਮਨਪ੍ਰੀ ਮਾਨੂੰ ਤੇ ਜਗਰੂਪ ਰੂਪਾ ਦੋਨਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਇਹ ਵੀ ਇੱਕ ਜਿਹੜੀ ਹੈ ਕਹਾਣੀ ਜੁੜਦੀ ਹੈ ਕਿ ਮਨਪ੍ਰੀ ਮਾਨੂੰ ਤੇ ਜਗਰੂਪ ਰੂਪਾ ਅਕਸਰ ਜਿਹੜੇ ਹੈ ਕਿਤੇ ਹੋਰ ਜਾਂਦੇ ਜਦੋਂ ਵੀ ਕੋਈ ਬਾਰਦਾਤ ਕਰਦਨੇ ਦਾ ਤਰਨ ਤਾਨ ਪੱਟੀ ਅੰਮ੍ਰਿਤਸਰ ਇਹੀ ਏਰੀਆ ਦੇ ਵਿੱਚ ਜਿਹੜੇ ਆ ਉਹ ਰਹਿੰਦੇ ਨੇ ਤੁਹਾਨੂੰ ਦੱਸ ਦਿੰਨੇ ਆ ਕਿ ਇੱਕ ਪੈਂਟਾ ਨਾ ਦਾ ਕਤਲ ਹੋਇਆ ਸੀ ਪੈਂਟਾ ਨਾ ਦੇ ਗੈਂਗਸਟਰ ਦਾ ਕਤਲ ਹੋਇਆ ਸੀ ਜੋ ਕਿ ਬੰਬੀਹਾ ਗਰੁੱਪ ਦੇ ਨਾਲ ਸਬੰਧ ਦੱਸਿਆ ਜਾਂਦਾ ਸੀ ਜੇ ਤੁਹਾਨੂੰ ਗੱਲ ਦੱਸੀ ਤਾਂ ਪੈਂਟਾ ਨੇ ਜੇਲ੍ਹ ਦੇ ਵਿੱਚ ਜਿਹੜਾ ਮਨਪੀ ਮਾਨ ਨੂੰ ਕੁੱਟਿਆ ਸੀ ਤੇ ਉਸ ਤੋਂ ਬਾਅਦ ਜਦੋਂ ਪੈਂਟਾ ਬੇਲ ਤੇ ਜਿਹੜੇ ਹੈ ਜ਼ਮਾਨਤ ਤੇ ਜਿਹੜੇ ਹੈ ਜੇਲ੍ਹ ਤੋਂ ਬਾਹਰ ਆਉਂਦਾ ਤਾਂ ਉਸ ਤੋਂ ਬਾਅਦ ਬਾਗਾ ਪੁਰਾਣਾ ਪੁਲ ਦੇ ਥੱਲੇ ਜਿਹੜਾ ਹੈ ਮਨਪੀ ਮਾਨ ਨੂੰ ਤੇ ਜਗਰੂਪ ਰੂਪਾ ਇਹੀ ਮੋਡੂਲ ਦੇ ਵੱਲੋਂ ਗ ਅਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਤਾਂ ਉਸ ਤੋਂ ਬਾਅਦ ਲਗਾਤਾਰ ਮਨਪੀ ਮਨਨੋ ਤੇ ਜਾਗਰੂਪ ਰੂਪਾ ਦੀ ਜੋੜੀ ਅਨੇਕਾਂ ਵਾਰਦਾਤਾਂ ਦੇ ਵਿੱਚ ਸ਼ਾਮਲ ਹੁੰਦੀ ਰਹੀ ਤੇ ਲਗਭਗ 2021 ਤੋਂ ਲੈ ਕੇ ਹੁਣ ਤੱਕ ਜੇ ਗੱਲ ਕਰੀਏ ਤਾਂ 11 ਜਿਹੜੇ ਨੇ 11 ਜਿਹੜੇ ਮਰਡਰ ਦੇ ਕੇਸ ਨੇ ਜਗਰੂਪ ਰੂਪਾ ਤੇ ਮਨਪ੍ਰੀ ਮਾਨੂੰ ਦੇ ਮਾਡਿਊਲ ਹੇਠ ਜਿਹੜੇ ਆ ਨਾਮ ਇਹਨਾਂ ਦਾ ਬੋਲਦਾ ਇਨਾ 11 ਕੇਸਾਂ ਦੇ ਵਿੱਚ ਤੁਹਾਨੂੰ ਦੱਸ ਦਿੰਦੇ ਆ ਕਿ ਪੁਲਿਸ ਨੇ ਅੱਜ ਜਿਹੜਾ ਸਾਂਝਾ ਆਪਰੇਸ਼ਨ ਏਜੀਟੀਐਫ ਨਾਲ ਰਲ ਕੇ ਜਿਹੜਾ ਕੀਤਾ ਜਿਹੜੀ ਵੱਡੀ ਕਾਰਵਾਈ ਕੀਤੀ ਐ ਅਨਕਾਊਂਟਰ ਹੋਇਆ ਮਨਪ੍ਰੀ ਮਾਨੂੰ ਤੇ ਜਗਰੂਪ ਰੂਪਾ ਦਾ ਜਿਹੜਾ ਮਾਰ ਦਿੱਤੇ ਗਏ ਨੇ ਪਿੰਡ ਪਾਕਣਾ ਕਲਾਂ ਦੇ ਕੋਲੇ ਦੱਸ ਦਿੰਦੇ ਆ ਟਾਰੀ ਦੇ ਕੋਲੇ ਪਿੰਡ ਪੈਂਦਾ ਬਾਰਡਰ ਬੈਲਟ ਜਿਹੜੀ ਐ ਸਾਰੀ ਆ ਜਾਂਦੀ ਐ ਥਾਰ ਕਿਹਾ ਜਾ ਰਿਹਾ ਕਿ ਜਗਦੂ ਜਗਰੂਪ ਰੂਪਾ ਤੇ ਮਨਪ੍ਰੀ ਮਾਨੂੰ ਦੇ ਕੋਲ ਥਾਰ ਗੱਡੀ ਸੀ ਜਿਸ ਦੇ ਵਿੱਚ ਉਹ ਕੋਲਸਾ ਕਿਹਾ ਜਾ ਰਿਹਾ ਹੈ ਕਿ ਮੌਕੇ ਤੇ ਜਿਹੜੇ ਚਸ਼ਮਦੀਦ ਸੀ ਉਹਨਾਂ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਪਿੱਛਾ ਕਰਦੀ ਆ ਰਹੀ ਸੀ ਜੇ ਗੱਲ ਕਰੀਏ ਤਾਂ ਹੋਰ ਨਾ ਪਿੰਡਾਂ ਤੋਂ ਤਾਂ ਹੋਰ ਸੋਰਸਸ ਦੇ ਵੱਲੋਂ ਜਿਹੜੀ ਜਾਣਕਾਰੀ ਆਈ ਆ ਉਹ ਇਹ ਹੈ ਕਿ ਮੋਗੇ ਜ਼ਿਲ੍ਹੇ ਤੋਂ ਜਿਹੜੀ ਹੈ ਮੋਗੇ ਤੋਂ ਪੁਲਿਸ ਇਹਨਾਂ ਦੇ ਮਗਰ ਲੱਗੀ ਹੋਈ ਸੀ ਤੇ ਉਸ ਤੋਂ ਬਾਅਦ ਇਹ ਖਾਲੀ ਢਾਣੀ ਦੇ ਕੇ ਖੇਤਾਂ ਦੇ ਵਿੱਚ ਗੱਡੀ ਪਾਉਂਦੇ ਨੇ ਥਾਰ ਗੱਡੀ ਦੇ ਵਿੱਚ ਸਵਾਰ ਹੁੰਦੇ ਨੇ ਤੇ ਉਸ ਤੋਂ ਬਾਅਦ ਪੁਲਿਸ ਦੇ ਨਾਲ ਖੈਬਰਣ ਦੀ ਕੋਸ਼ਿਸ਼ ਕਰਦੇ ਨੇ ਤੇ ਉਸ ਤੋਂ ਬਾਅਦ ਐਨਕਾਊਂਟਰ ਹੋ ਜਾਂਦਾ ਜਿਸ ਦੇ ਵਿੱਚ ਪੁਲਿਸ ਨੇ ਮਨਪ੍ਰੀ ਮਾਨੂੰ ਤੇ ਜਗਰੂਪ ਰੂਪਾ ਦਾ ਜਿਹੜਾ ਕਦਲ ਕਰ ਦਿੱਤਾ ਗਿਆ ਹੋਰ ਅਪਡੇਟਸ ਲਈ ਜੁੜੇ ਰਹੋ ਪ੍ਰੋ ਪੰਜਾਬ ਟੀਵੀ ਨਾਲ